Yeah.
ਸਾਧ ਸੰਗਤ ਦੇ ਸਹਿਬ ਪਰਿਵਾਰ ਦੇ ਸਰਦਾਰ ਸਰਦਾਰ ਤਰਸੇਮ ਸਿੰਘ ਜਿਹੜਾ ਸਾਡੀ ਜ਼ਿੰਦਗੀ ਬੜੀ ਹੀ ਅਪਾਰ ਬਖਸ਼ਿਸ਼ ਕਿਰਪਾ ਰਹਿਤ ਹੈ। ਪੰਥ ਦੇ ਹਰ ਇੱਕ ਕੰਮ ਨੂੰ ਅੱਗੇ ਹੋ ਕੇ ਕਰਨਾ, ਸ਼ਹੀਦਾਂ ਦੀਆਂ ਯਾਦਾਂ ਮਨਾਉਣੀਆਂ, ਉਹਨਾਂ ਨੂੰ ਯਾਦ ਕਰਨਾ, ਇਹ ਇਸ ਪਰਿਵਾਰ ਦੇ ਹੱਕ ਵਿੱਚ ਆਇਆ। ਸਤਿਗੁਰੂ ਨੇ ਕਿਰਪਾ ਕੀਤੀ ਹੈ ਇਹਨਾਂ 'ਤੇ, ਇਹਨਾਂ ਤੋਂ ਸਤਿਗੁਰੂ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਕਰਾਉਂਦੇ ਹਨ। ਅਰਦਾਸ ਹੈ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਸਤਿਗੁਰੂ ਕਿਰਪਾ ਕਰਨੀ, ਇਸੇ ਤਰ੍ਹਾਂ ਹੀ ਇਸ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਸੇਵਾ ਜਿਹੜੀ ਹੈ ਆਪ ਜੀ ਨੇ ਕਿਰਪਾ ਕਰਕੇ ਰਹਿਮਤ ਕਰਕੇ ਸੇਵਕ ਪਰਿਵਾਰ ਤੋਂ ਲੈ ਲੈਣੀ ਅਤੇ ਇਹਨਾਂ ਨੂੰ ਚੜ੍ਹਦੀ ਕਲਾ ਦੇਸ਼ ਭਾਵ ਦੀ ਸੇਵਾ ਕਰਨ ਦਾ ਹਰ ਵਕਤ ਬਲ ਬਖਸ਼ਣਾ। ਸਵਾਲ ਸਾਡੇ ਕੋਲ ਬਹੁਤ ਹੀ ਪਿਆਰਾ ਜਥਾ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ, ਉਹ ਆਪ ਨੂੰ ਕੀਰਤਨ ਦੁਆਰਾ ਗੁਰੂ ਘਰ ਨਾਲ ਜੁੜਨਗੇ। ਆਪਾਂ ਉਹਨਾਂ ਤੋਂ ਸ਼ਬਦ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।